ਭਾਰਤੀ ਕਲਚਰ ਸੁਸਾਇਟੀ ਆਫ ਅਲਬਰਟਾ ਵੱਲੋਂ 13ਵਾਂ ਵਿਸ਼ਾਲ ਜਾਗਰਣ ਐਡਮਿੰਟਨ ਦੇ ਹਿੰਦੂ ਮੰਦਿਰ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਐਡਮਿੰਟਨ ਤੋਂ ਹੀ ਨਹੀਂ ਬਲਕਿ ਆਸ ਪਾਸ ਦੇ ਖੇਤਰ ਤੋਂ ਵੀ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਜਾਗਰਣ ਵਿੱਚ ਹਾਜ਼ਰੀ ਭਰੀ। ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨ ਪਹੁੰਚੇ ਸੰਦੀਪ ਸੂਦ ਨੇ ਆਪਣੀ ਮਧੁਰ ਅਤੇ ਸੁਰੀਲੀ ਆਵਾਜ਼ ਨਾਲ ਜਿਉਂ ਹੀ ਜਾਗਰਣ ਆਰੰਭ ਕੀਤਾ ਤਾਂ ਹਾਲ 'ਚ ਮੌਜੂਦ ਭਗਤ ਆਪਣੇ ਆਪ ਨੂੰ ਝੂਮਣ ਅਤੇ ਨੱਚਣ ਤੋਂ ਰੋਕ ਨਾ ਸਕੇ। ਜਗਮਗ ਕਰਦੀ ਮਾਤਾ ਦੀ ਜੋਤ ਅਤੇ ਅਲੌਕਿਕ ਰੋਸ਼ਨੀਆਂ ਨਾਲ ਸਜਿਆ ਦਰਬਾਰ ਦੇਖਣ ਯੋਗ ਸੀ। ਬੱਚਿਆਂ ਔਰਤਾਂ ਸਮੇਤ ਹਰ ਕੋਈ ਭੇਟਾਂ ਦੀ ਲੋਰ ਵਿੱਚ ਆ ਕੇ ਭਜਨ ਗਾ ਰਿਹਾ ਸੀ। ਇਹ ਪਹਿਲੀ ਵਾਰ ਹੈ ਕਿ ਇੰਨੇ ਵੱਡੇ ਪੱਧਰ 'ਤੇ ਜਾਗਰਣ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਅਤੇ ਸੰਗਤਾਂ ਵਿੱਚ ਇੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਮੰਦਿਰ ਦੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਜੋ ਕਿ ਬੜੀ ਸ਼ਰਧਾ ਨਾਲ ਸੰਗਤਾਂ ਵਿੱਚ ਵਰਤਾਇਆ ਗਿਆ। I would like to take this opportunity to wish each and every member of Bharatiya Culture Society of Alberta who are organizing 13th annual Bhagwati Jagran at the Bharatiya Culture Society of Alberta. ਬਹੁਤ ਹੀ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਨੇ, ਲੋਕ ਬਹੁਤ ਹੀ ਹੁੰਮ ਹੁਮਾ ਕੇ ਇਹਦੇ ਵਿੱਚ ਅਤੇ ਜਾਗਰਣ ਦੇ ਭਜਨਾਂ ਦਾ ਅਤੇ ਮਾਤਾ ਦੇ ਭਜਨਾਂ ਦਾ, ਮਾਤਾ ਦੇ ਗੁਣਗਾਨ ਦਾ ਬੜੀ ਹੀ ਆਰਾਮ ਦੇ ਨਾਲ ਆਨੰਦਮਈ ਤਰੀਕੇ ਨਾਲ ਇੰਜੋਏ ਕਰ ਰਹੇ ਹਨ। ਭਗਤਜਨੋ, ਆਪ ਸਭੀ ਕਾ ਮਾਤਾ ਜੀ ਕਾ 13ਵਾਂ ਜਾਗਰਣ ਮੈਂ ਆਪ ਸਭੀ ਕਾ ਸਵਾਗਤ ਕਰਤੇ ਹੈ ਔਰ ਆਪਕਾ ਸਭੀ ਭਕਤੋਂ ਕੇ ਲੀਏ ਮੰਗਲਮਈ ਕੇ ਲੀਏ ਭਾਰਤੀਯ ਕਲਚਰ ਸੋਸਾਇਟੀ ਪਰਿਵਾਰ ਔਰ ਆਪਕੇ ਸਾਥ ਭਗਵਤੀ ਕਾ ਜਾਗਰਣ ਧੂਮਧਾਮ ਸੇ ਕਰਵਾ ਰਹੇ, ਆਪ ਸਭੀ ਕਾ ਮੰਗਲਮਈ ਹੋ। ਅੱਜ ਭਾਰਤੀਯ ਕਲਚਰਲ ਸੁਸਾਇਟੀ ਆਫ ਅਲਬਰਟਾ 'ਚ 13ਵਾਂ ਵਾਰਸ਼ਿਕ ਮਹਾਰਾਣੀ ਦਾ ਜਾਗਰਣ ਹੋ ਰਿਹਾ ਆ। ਬਹੁਤ ਰੌਣਕਾਂ ਲੱਗੀਆਂ ਆ। ਇੰਡੀਆ ਤੋਂ ਸਪੈਸ਼ਲੀ ਸੰਦੀਪ ਸੂਦ ਜੀ ਇੱਥੇ ਪਹੁੰਚੇ ਨੇ ਜਿਹੜੇ ਮਹਾਮਾਈ ਦਾ ਬਹੁਤ ਹੀ ਜ਼ਿਆਦਾ ਵਧੀਆ ਗੁਣਗਾਨ ਕਰ ਰਹੇ ਆ ਅਤੇ ਸਾਰੀਆਂ ਸੰਗਤਾਂ ਪੂਰਾ ਇੰਜੋਏ ਕਰ ਰਹੀਆਂ ਆ। ਮਾਂ ਸ਼ੇਰਾਂ ਵਾਲੀ ਦਾ ਭਗਤੀ ਦਾ ਰੰਗ ਸਾਰਿਆਂ 'ਤੇ ਪੂਰਾ ਚੜ੍ਹਿਆ ਵਾ ਅਤੇ ਇਹੀ ਚਾਹੁੰਦੇ ਹਾਂ ਕਿ ਇੱਦਾਂ ਹੀ ਰੌਣਕਾਂ ਭਵਨ 'ਚ ਲੱਗੀਆਂ ਰਹਿਣ। ਅੱਜ ਦੱਸਦੇ ਬਹੁਤ ਹੀ ਮਾਣ ਔਰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਭਾਰਤੀ ਕਲਚਰ ਸੁਸਾਇਟੀ ਆਪਣਾ 13ਵਾਂ ਵਾਰਸ਼ਿਕ ਭਗਵਤੀ ਜਾਗਰਣ ਬਹੁਤ ਹੀ ਪਿਆਰ ਸ਼ਰਧਾ ਔਰ ਧੂਮਧਾਮ ਦੇ ਨਾਲ ਮਨਾ ਜਾ ਰਿਹਾ, ਜਿਸ ਦੇ ਵਿੱਚ ਸਾਰੇ ਐਡਮਿੰਟਨ, ਨਾ ਕਿ ਸਿਰਫ ਐਡਮਿੰਟਨ, ਸਰਾਊਂਡਿੰਗ ਏਰੀਆਜ਼ ਸੱਚ ਐਜ਼ ਕੈਲਗਰੀ, ਰੈੱਡ ਡੀਅਰ, ਫੋਰਟ ਮੈਕਮਰੀ ਐਂਡ ਗ੍ਰੈਂਡ ਪ੍ਰੀ, ਸਾਰੇ ਹੀ ਏਰੀਏ ਦੇ ਭਗਤ ਇਸ ਜਾਗਰਣ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹਨ। ਐਡਾ ਇਕੱਠ ਇਕੱਠਾ ਹੋਇਆ ਕਿ ਸਾਰੇ ਹੀ ਮਾਂ ਭਗਵਤੀ ਦੇ ਜਾਂ ਰੰਗ ਵਿੱਚ ਰੰਗ ਚੁੱਕੇ ਹਨ। ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ, ਜੈ ਮਾਤਾ ਦੀ। ਨਿਰਪੱਖ ਸੋਚ, ਨਿਆਰੀ ਪੱਤਰਕਾਰੀ, ਤਾਜ਼ਾ ਖਬਰਾਂ, ਸਿਆਸਤ, ਸਾਹਿਤਕ, ਸੱਭਿਆਚਾਰ, ਧਾਰਮਿਕ, ਸਿਹਤ ਅਤੇ ਫਿਲਮਾਂ ਬਾਰੇ ਜਾਣਕਾਰੀ। ਲੋਕ ਆਵਾਜ਼, ਲੋਕਾਂ ਦੀ ਆਵਾਜ਼ ਤੇ ਮੇਰੀ ਬਹੁਤ ਮਨਪਸੰਦ ਅਖਬਾਰ, ਆਪ ਪੜ੍ਹੋ ਤੇ ਲੋਕਾਂ ਨੂੰ ਵੀ ਪੜ੍ਹਾਓ। ਖਬਰਾਂ, ਇਸ਼ਤਿਹਾਰ ਜਾਂ ਹੋਰ ਸਮੱਗਰੀ ਭੇਜਣ ਲਈ ਅੱਜ ਹੀ ਸੰਪਰਕ ਕਰੋ ਜਰਨੈਲ ਪਸੋਤਾ ਨੂੰ 7806671786 ਤੇ।